चोही पास चुलिया चंदरे कलू ने जाल ताने साठिया पुलानू पुली शेर शाह असी खड़े आज जन माने साठिया पुलानू पुली शेर शाह असी खड़े आज जन माने सागर तू दातिया वीरलार मज कोई जाने साटिया पुलानू पुली शैन शाह असी खड़े आज जिन माने साग तू अलूड़ा खाके मार दे वेखी ठुकरा ना देवी असा दे प्यार नू वेखी ठुकरा ना देवी असा दे प्यार नू तेरा ना अंत कोई आवदा आप दिया आप ही तू जाने साटिया पुलानू पुली शैन शाह असी खड़े आज जन माने सत प्रहलाद वांगू काज तू सवार दे होया की गुनाह सानू आवी तो बचा ले तू मसूम सी नहीं ता साने जाने सी न ताने साटियां पुलानू पुली शैन शाह असी खड़े आज जन माने इथे जेने लोक जरवाने साटियां पुलानू पुली शैन शाह असी खड़े आज जन माने काले तू परे बना लगाने साटिया पुलानू पुली शैन शाह असी खड़े आज जन माने
ਸਾਡੀਆਂ ਪੁੱਲਾਂ ਨੂੰ ਪੁੱਲੀ ਸ਼ੈਨ ਸ਼ਾਹ ਅਸੀਂ ਖਣੇ ਆਜ ਜਨ ਮਾਣੇ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨ ਹੈ ਨਹਿ ਸੀਤਲੰਗ ਸੀਤ ਰਤੇਣ ਨਾਨਕ ਸੀਤਲੰਗ ਸਾਧ ਸਵਜਨ ਚੰਦਰਮਾ ਉੱਤੇ ਅੱਤ ਦੀ ਠੰਡ ਹੁੰਦੀ ਹੈ ਬਾਵਨ ਚੰਦਨ ਭਾਵ ਚਿੱਟਾ ਚੰਦਨ ਉਹ ਵੀ ਬੜਾ ਠੰਡਾ ਦਰਖਤ ਮੰਨਿਆ ਗਿਆ ਸਰਦੀ ਦੀ ਰੁੱਤ ਜਦੋਂ ਪੋਹ ਮਾਘ ਦੇ ਦਿਨ ਆਉਂਦੇ ਆ ਅੱਤ ਦਾ ਪਾਲਾ ਅੱਤ ਦਾ ਕੱਕਰ ਪੈ ਰਿਹਾ ਹੁੰਦਾ ਸਾਹਿਬ ਕਹਿੰਦੇ ਨਾ ਤੇ ਚੰਦਰਮਾ ਦੀ ਠੰਡ ਨੇ ਤੈਨੂੰ ਠੰਡਿਆ ਕਰਨਾ ਹੀ ਨਾ ਬਾਵਨ ਚੰਦਨ ਨੇ ਸੜਦੇ ਤਪਦੇ ਮਨ ਨੂੰ ਠੰਡਿਆ ਕਰਨਾ ਨਾ ਸਰਦੀ ਦੀ ਰੁੱਤ ਨੇ ਰਿੱਝਦੇ ਮਨ ਨੂੰ ਠੰਡਿਆ ਕਰਨਾ ਨਾਨਕ ਸੀਤਲੰਗ ਸਾਧ ਸਵਜਨ ਜੋ ਕਿਸੇ ਰੱਬ ਦੇ ਪਿਆਰੇ ਦੇ ਕੋਲ ਬਹਿ ਕੇ ਠੰਡ ਪ੍ਰਾਪਤ ਹੁੰਦੀ ਆ ਭਾਵ ਜੋ ਸਤ ਸੰਗਤ ਵਿੱਚੋਂ ਸਾਨੂੰ ਠੰਡ ਪ੍ਰਾਪਤ ਹੋਣੀ ਆ ਹੋਰ ਕਿਤਿਓਂ ਨਹੀਂ ਹੋਣੀ ਮੈਂ ਤੁਹਾਡੇ ਅਤੇ ਆਪਣੇ ਭਾਗ ਸਵੱਲੇ ਸਮਝਦਾ ਜਿਨ੍ਹਾਂ ਨੂੰ ਕੋਲ ਕਲਯੁੱਗ ਦੇ ਭਿਆਨਕ ਸਮੇਂ ਅੰਦਰ ਇਹ ਸੰਗਤ ਦੀਆਂ ਸਭਾ ਘੜੀਆਂ ਦਾ ਸਮਾਂ ਪ੍ਰਾਪਤ ਹੋਇਆ ਸਾਡੇ ਤੋਂ ਪਹਿਲਾਂ ਅਤਿ ਸਤਿਕਾਰਯੋਗ ਪੰਥ ਦੀ ਮਾਇਆ ਨਾਜ ਹਸਤੀ ਸੰਤ ਬਾਬਾ ਨਰਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਆਪ ਜੀ ਦੇ ਨਾਲ ਬੜੇ ਭਾਵਪੂਰਕ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਸੀ ਉਹਨਾਂ ਨਾਮ ਦੀ ਗੱਲ ਕੀਤੀ ਭਾਈ ਡੱਲੇ ਦਾ ਇਤਿਹਾਸ ਸਰਵਣ ਕਰਾਇਆ ਆਓ ਜਿੰਨਾ ਕੁ ਸਮਾਂ ਮੇਰੇ ਪਾਤਸ਼ਾਹ ਹੋਰ ਬਖਸ਼ ਕਰਦੇ ਆ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੋ ਔਰ ਇਹ ਅਰਦਾਸ ਜ਼ਰੂਰ ਕਰਿਓ ਪਾਤਸ਼ਾਹ ਜਿੱਥੇ ਆਪ ਜੀ ਦੇ ਬਚਨ ਸਾਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਉੱਥੇ ਆਪ ਜੀ ਦੇ ਬਚਨ ਸਾਨੂੰ ਕਿਤੇ ਕਮਾਉਣ ਦੀ ਵੀ ਜਾਚ ਆ ਜਾਏ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਗਾਵਿਆ ਸੁਣਿਆ ਉਹਨਾਂ ਦਾ ਪ੍ਰਵਾਨ ਹੋਣਾ ਜਿਨ੍ਹਾਂ ਗੁਰੂ ਕੇ ਬਚਨ ਸੁਣ ਕੇ ਅਤੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਆਓ ਸਾਰੀਆਂ ਸੰਗਤਾਂ ਸਾਹਿਬਾਂ ਨੂੰ ਸੀਸ ਝੁਕਾਓ ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਪਹਿਲੋਂ ਨਾਮ ਤੋਂ ਆਰੰਭਤਾ ਕੀਤੀ ਸੀ ਗੁਰੂ ਕੇ ਸਿੱਖੋ ਜੇ ਅਸੀਂ ਮਨੁੱਖਾ ਜਨਮ ਲੈ ਕੇ ਉਸ ਪਰਮੇਸ਼ਰ ਦੀ ਬੰਦਗੀ ਨਾ ਕੀਤੀ ਤੇ ਫਿਰ 84 ਦਾ ਚੱਕਰ ਬੜਾ ਵੱਡਾ ਜੀ ਕਈ ਤੇ ਵੀ ਕਹਿੰਦੇ ਵੀ 84 ਕਿਹਨੇ ਵੇਖੀ ਹੈ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ 84 ਲੱਖ ਜੂਨ ਸਬਾਈ ਮਾਨਸ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ ਫਿਰ ਤੈਨੂੰ 84 ਦੇ ਚੱਕਰ ਵਿੱਚ ਪੈਣਾ ਪੈ ਜਾਣਾ ਤੇ ਡੰਡੇ ਕਿਹੜੇ ਤੇ ਖਲੋਤੇ ਆ ਕਦੇ ਸੋਚਿਆ ਅਖੀਰਲੇ ਡੰਡੇ ਤੇ ਖਲੋਤੇ ਆ ਅਖੀਰਲੇ ਤੇ ਕਬੀਰ ਮਾਨਸ ਜਨਮ ਦੁਰਲੰਭ ਹੈ ਇੱਕ ਤੇ ਚੀਜ਼ ਲੱਭ ਜਾਂਦੀ ਹੈ ਨਾ ਇੱਕ ਮੁੜ ਕੇ ਲੱਭਦੀ ਨਹੀਂ ਕਬੀਰ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜੋ ਫਲ ਬਣ ਪੱਕ ਭੋਏ ਗਿਰੇ ਬਹੁਰ ਨਾ ਲਾਗੇ ਡਾਰ ਜਿਸ ਤਰ੍ਹਾਂ ਜੰਗਲ ਦਾ ਫਲ ਥੱਲੇ ਡੇਕੇ ਮੁੜ ਕੇ ਟਾਣੀ ਨਾ ਨਹੀਂ ਲੱਗਦਾ ਮਨੁੱਖਾ ਜਨਮ ਤੈਨੂੰ ਪਰਮੇਸ਼ਰ ਵੱਲੋਂ ਨਾਮ ਮਿਲਿਆ ਜੇ ਇਹਦੀਆਂ ਕਦਰਾਂ ਕੀਮਤਾਂ ਨਹੀਂ ਚੁਕਾਏਗਾ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਬਚਨ ਚ 84 ਲੱਖ ਭਰਮਤੇ ਦੁਰਲੱਭ ਜਨਮ ਅਪਾਇਓ ਰੇ ਮੂੜੇ ਤੂੰ ਓਛੇ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੋ ਉਰਜਾਇਓ ਰਤਨ ਜਵੇਹਰ ਬਣਜਣ ਆਇਓ ਕਾਲਰ ਲਾ ਚਲਾਇਓ ਉਹ ਮੂਰਖਾ ਰਤਨਾ ਜਵਾਰਾਂ ਦਾ ਤੂੰ ਬਣਜ ਕਰਨ ਆਇਆ ਸਾਂ ਪਰ ਕੱਲਰ ਪੱਲੇ ਬੰਨ ਕੇ ਲੈ ਚੱਲਿਆ ਗੁਰੂ ਕਿਰਪਾ ਕਰੇ ਜੇ ਮਨੁੱਖਾ ਜਨਮ ਲੈ ਕੇ ਮਨੁੱਖ ਨਾਮ ਨਾ ਜਪਦਾ ਤੇ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਤੇਰੇ ਤੋਂ ਤੇ ਪਸ਼ੂ ਚੰਗਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਖੜ ਕਿਆ ਗਿਆ ਪਰਾਲੀ ਨੂੰ ਘਾਹ ਪੱਠੇ ਨੂੰ ਜਿਹੜਾ ਪਰਾਲੀ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਜੇ ਤੋਂ ਕਈ ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਪਸ਼ੂ ਮਰੇ ਦਸ ਕਾਜ ਸਵਾਰੇ ਤੇਰੇ ਤੋਂ ਤੇ ਫਿਰ ਪਸ਼ੂ ਚੰਗਾ
अज सलाना जोड़ मेला जो साढ़े बजुर्गों तो मनाया जा रहा आप हाजिर सारे हो बेनती करा इतों आप अज कोई लाह खट के जाना आप इतों गुरमुख बन के जाना गुरसिख बन के जाना तो गुरसिख का जीवन किहोजा हुंदा भाई गुरदास जी गुरसिख के जीवन का नक्शा खिंचते गुरसिख भड़के उठ के अमृत वेले सरन बंदा गुर के बचन उचार के धर्मसाल की सुरत करन दा साध संगत विच जाए कर गुरबाणी दे प्री सुन दा शंका मनो मिटाए के गुरसिखा की सेव करन दा किरत विरत कर धर्म की लै प्रसाद आन वरतन दा गुरसिखा नू दे कर पिछों बचिया आप खवांदा कली काल प्रगास कर गुर चेला चेला गुरसंदा गुरमुख गाड़ी राहो चलंदा गुरमुख गाड़ी राहो चलंदा अज परण करके जायो साड़ी जिंदगी वेच कोई एहो जा नपागा दिन ना आवे जितन असी अमृत वेले उठ के उस परमेश्वर की बंदगी का आहर ना करिए। प्रिंसीपल सतबीर सिंह जी क्या करते मेरी माँ ओना चिर किसी जल पानी छकन नहीं सी दया करती जिन्ना चिर परिवार के सारे मैंबर बह के जपजी साहब का पाठ नहीं सी कर लेंगे भावें प्रौणा भी क्यों ना घर में आया हो आती सी अमृत वेले दो ही बंदे सौंदे एक तो रोगी कदे भी अमृत वेले जागेगा ते दूजा नास्तक बंदा जेड़ा रब की होंद नू मनदा ही नहीं गा वह भी कदे अमृत वेले जागेगा। तो सतगुरु कृपा करे जे कोई आखे मेरे घर विचों कलेस निकल जाण मेरिया सारिया बीमारियां कटिया जाण मैं जेड़े भी काम नू हाथ पावा मैनू ओदे विच ही सफलता प्राप्त होवे मेरी आउण वाली हर घड़ी वह खुशियां वाली होवे ते गुरु के सिखो फिर अमृत वेले की संभाल करिया करो नाम जपया करो आकार सेवा वाले महापुरुष नाम ही जपते हैं ना इन्हों को फिक्र भी गड्डिया च डीजल कितों पाना आ लंगर कितों इन्नी संगत का तैयार करना आ सिलेंडर कितों भराने अपने आप ही गुरु महाराज पता नहीं किधरों ट्रक भर भर के सरिए बजरी ले आई जाते सारी नाम की महिमा है। तो गुरु कृपा करे